ਤੇ ਜੇ ਸਰਕਾਰ ਨਹੀਂ ਸੁਣਦੀ ਤੇ ਫਿਰ ਅਸੀਂ ਸਾਰੇ ਜਣੇ ਰਲ ਕੇ ਕੋਈ ਪੁਸ਼ਤਨਾਈ ਕਰ ਰਹੇ ਬੇਅਦਬੀ ਕਰਨ ਵਾਲਿਆਂ ਦੀ। ਇਹ ਉਹਨਾਂ ਦੇ ਪਿੱਛੇ ਕੋਈ ਸਰਕਾਰੀ ਹੱਥ ਆ, ਜਿੱਦਾਂ ਉਹ ਜਿਹੜੇ ਬੇਅਦਬੀ ਕਰਨ ਵਾਲੇ ਮੁੱਖ ਦੋਸ਼ੀ ਸਿੱਸਾ ਸਾਧ ਆ, ਉਹਦੇ 'ਤੇ ਉਹ ਜਿਹੜਾ ਕੋਈ ਕੇਸ ਚੱਲਣ ਵਾਸਤੇ ਕੋਈ ਪ੍ਰਵਾਨਗੀ ਚਾਹੀਦੀ ਸਰਕਾਰ ਤੋਂ, ਉਹ ਨਹੀਂ ਦੇ ਰਹੀ। ਉਹਨਾਂ ਨੂੰ ਵਾਰ ਵਾਰ ਪਰੋਲ ਦਿੱਤੀ ਜਾ ਰਹੀ ਹੈ ਜਿਹੜੇ ਬੇਅਦਬੀ ਨਾਲ ਸੰਬੰਧਿਤ ਕੇਸ ਆ। ਆਉਣ ਵਾਲੀ ਜਨਰੇਸ਼ਨ ਭਵਿੱਖ ਆ ਸਾਡਾ, ਇਸ ਕਰਕੇ ਨੌਜਵਾਨੀ ਨੂੰ ਇੱਦਾਂ ਤਿਲ ਤਿਲ ਮਰਦਿਆਂ ਨਹੀਂ ਵੇਖ ਸਕਦੇ ਅਸੀਂ। ਅਤੇ ਮੇਰਾ ਖਿਆਲ ਹੈ ਕਿ ਸਰਕਾਰਾਂ ਵੀ ਤਾਂ ਹੀ ਨਹੀਂ ਛੱਡ ਰਹੀਆਂ ਕਿ ਉਹ ਨਸ਼ਿਆਂ ਦੇ ਖਿਲਾਫ ਜੋ ਧੰਦਾ ਕਰ ਰਹੀਆਂ ਵਾ ਅਤੇ ਉਹ ਬੰਦ ਹੋ ਜੂਗਾ। ਏਡਾ ਵੱਡਾ ਇਕੱਠ ਸਰਕਾਰ ਨੂੰ ਇਹ ਵੀ ਚੇਤਾਵਨੀ ਦੇ ਰਿਹਾ। ਹੁਣ ਸਰਕਾਰ ਦੀ ਮੇਰੇ ਖਿਆਲ ਹੈ ਕਿ ਜਦੋਂ ਇਲੈਕਸ਼ਨ ਜਿੱਤੇ ਸੀ ਉਦੋਂ ਹੀ ਸੋਚਣਾ ਚਾਹੀਦਾ ਸੀ, ਅੱਜ ਤੋਂ ਵੀ ਕੁਝ ਸਮਝ ਲੈਣ। ਜੀ ਤੁਸੀਂ ਦੇਖ ਰਹੇ ਹੋ ਡੇਲੀ ਡੈਸਕ ਟੀਵੀ, ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ। ਅੱਜ ਇੱਕ ਵੱਡੀ ਪੰਥਕ ਇਕੱਤਰਤਾ ਹੋਈ ਜਿਸ ਦੇ ਵਿੱਚ 7 ਮਤੇ ਪਾਸ ਕੀਤੇ ਗਏ ਨੇ। ਪਹਿਲਾ ਮਤਾ ਬੇਅਦਬੀ ਦਾ ਆ, ਦੂਜਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੈ, ਤੀਸਰਾ ਮਤਾ SGPC ਦਾ ਹੈਗਾ ਆ, ਉਸ ਤੋਂ ਬਾਅਦ ਨਸ਼ਿਆਂ ਦਾ ਮਤਾ ਆ, NSA ਦਾ ਮਤਾ ਹੈਗਾ ਆ, ਕਿਸਾਨ ਸੰਘਰਸ਼ ਸੰਬੰਧੀ ਮਤੇ ਹੈਗੇ ਨੇ। ਇਹ 6 ਮਤੇ ਨੇ, ਮਾਫ ਕਰਨਾ 7 ਕਹਿ ਦਿੱਤੇ, 6 ਮਤੇ ਜਿਹੜੇ ਨੇ ਅੱਜ ਇਸ ਦੇ ਵਿੱਚ ਜਿਹੜੇ ਨੇ ਉਹ ਐਲਾਨੇ ਗਏ ਹੈਗੇ ਨੇ। ਸੋ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦੇ ਬਾਪੂ ਜੀ ਹੋਣਾ ਨਾਲ ਗੱਲਬਾਤ ਕਰਾਂਗੇ। ਸੋ ਇਹ ਮਤਿਆਂ ਸੰਬੰਧੀ ਕੀ ਅਗਲੀ ਰਣਨੀਤੀ ਰਹਿਣ ਵਾਲੀ ਹੈ, ਸੋ ਜ਼ਰੂਰ ਇਹ ਗੱਲਬਾਤ ਜਿਹੜੀ ਆਪਾਂ ਉਹ ਜ਼ਰੂਰ ਕਰਾਂਗੇ। ਬਾਪੂ ਜੀ ਹੁਣੀ ਸਟੇਜ ਤੋਂ ਆ ਜਾਣ, ਕਿਉਂਕਿ ਸਵੇਰੇ 11 ਵਜੇ ਤੋਂ ਲੈ ਕੇ ਇਹ ਰਣਨੀਤੀ ਜਿਹੜੀ ਹੈਗੀ ਆ ਉਹ ਹੁੰਦੀ ਪਈ ਆ। ਬਾਪੂ ਜੀ 6 ਮਤੇ ਪਾਸ ਕੀਤੇ ਗਏ ਨੇ ਬੇਅਦਬੀਆਂ ਨੂੰ ਲੈ ਕੇ, SGPC ਦੇ ਮਤੇ ਨੂੰ ਲੈ ਕੇ, ਨਸ਼ਿਆਂ ਨੂੰ ਲੈ ਕੇ, NSA ਮਤੇ ਨੂੰ ਲੈ ਕੇ, ਸੋ 6 ਮਤੇ ਪਾਸ ਹੋਏ ਨੇ, ਕੀ ਕਹਿਣਾ ਚਾਹੁੰਦੇ? ਕਹਿਣਾ ਜੀ, ਇਹ ਸੰਗਤਾਂ ਦੀ ਮੰਗ ਸੀਗੀ ਤੇ ਸੰਗਤਾਂ ਨੇ ਕਿਹਾ ਸੀਗਾ ਕਿ 2 ਮਹੀਨੇ ਹੋ ਗਏ ਤੁਸੀਂ, ਆਪਾਂ ਕੁਛ ਨਾ ਕੁਛ ਇਕੱਠ ਕਰੀਏ ਤੇ ਉਹਦੇ 'ਚ ਸੰਗਤਾਂ ਦਾ ਰਾਏ ਲਈਏ ਵੀ ਆਪਾਂ ਨੂੰ ਸਾਨੂੰ ਕੀ ਕਰਨਾ ਚਾਹੀਦਾ। ਤੇ ਉਹ ਮਤੇ ਸੰਗਤਾਂ ਦੀ ਰਾਏ ਨਾਲ ਲਿਆਉਂਦੇ ਸੀ ਤੇ ਜੇ ਸਰਕਾਰ ਨਹੀਂ ਸੁਣਦੀ ਤੇ ਫਿਰ ਅਸੀਂ ਸਾਰੇ ਜਣੇ ਰਲ ਕੇ ਕੋਈ ਬੇਅਦਬੀ ਲੰਬੇ ਸਮੇਂ ਤੋਂ ਬੇਅਦਬੀ ਦਾ ਮਸਲਾ ਅੱਜ ਤੱਕ ਕੋਈ ਹੱਲ ਨਹੀਂ ਹੋਇਆ, ਇਹਦੇ ਨਵਾਂ ਜਿਹੜਾ ਕਾਂਡ ਹੈ ਬੇਅਦਬੀ ਦਾ ਹੋ ਜਾਂਦਾ? ਇਹ ਸਰਕਾਰ ਦੀ ਮਿਲੀ ਭੁਗਤ ਹੈ ਜੀ, ਉਹਨਾਂ ਦੀ ਪੁਸ਼ਤਨਾਈ ਕਰ ਰਹੇ ਬੇਅਦਬੀ ਕਰਨ ਵਾਲਿਆਂ ਦੀ। ਇਹ ਉਹਨਾਂ ਦੇ ਪਿੱਛੇ ਕੋਈ ਸਰਕਾਰੀ ਹੱਥ ਆ, ਜਿੱਦਾਂ ਉਹ ਜਿਹੜੇ ਬੇਅਦਬੀ ਕਰਨ ਵਾਲੇ ਮੁੱਖ ਦੋਸ਼ੀ ਸਿੱਸਾ ਸਾਧ ਆ, ਉਹਦੇ 'ਤੇ ਉਹ ਜਿਹੜਾ ਕੋਈ ਕੇਸ ਚੱਲਣ ਵਾਸਤੇ ਕੋਈ ਪ੍ਰਵਾਨਗੀ ਚਾਹੀਦੀ ਸਰਕਾਰ ਤੋਂ, ਉਹ ਨਹੀਂ ਦੇ ਰਹੀ। ਅਤੇ ਉਹਨਾਂ ਨੂੰ ਵਾਰ ਵਾਰ ਪਰੋਲ ਦਿੱਤੀ ਜਾ ਰਹੀ ਹੈ ਜਿਹੜੇ ਬੇਅਦਬੀ ਨਾਲ ਸੰਬੰਧਿਤ ਕੇਸ ਆ, ਉਹ ਵੀ ਪੰਜਾਬ ਤੋਂ ਚੰਡੀਗੜ੍ਹ ਜਾਂ ਹੋਰ ਕਿਤੇ ਟ੍ਰਾਂਸਫਰ ਕੀਤੇ ਜਾ ਰਹੇ ਆ। ਫਿਰ ਤੋਂ ਲੱਗਦਾ ਕਿ ਉਹਨਾਂ ਦੀ ਨੀਤ ਨਹੀਂ ਸਿੱਖਾਂ ਨਾਲ ਇਨਸਾਫ ਕਰਨ। ਸਿੱਖ ਜਿਹੜੀ ਮੁੱਦੇ ਨੂੰ ਲੈ ਕੇ, ਮਸਲਾ ਨੂੰ ਲੈ ਕੇ, ਪੰਥਕ ਇਕੱਤਰਤਾ ਕਿਤੇ ਕਿਹੜੇ ਕਿਹੜੇ ਮੁੱਦੇ ਸੀ, ਕਿਹੜੇ ਕਿਹੜੇ ਮਸਲਿਆਂ ਤੇ ਗੱਲ ਕੀਤੀ? ਮੁੱਦੇ ਤੇ ਇਹੀ ਹੈ ਜੀ, ਜਿਹੜੇ ਕਾਮਨ ਮੁੱਦੇ ਹੀ ਆ ਕਿ ਬੇਅਦਬੀ ਦਾ ਮੁੱਦਾ ਵਾ, ਬੰਦੀ ਸਿੰਘਾਂ ਦਾ ਮੁੱਦਾ ਵਾ, ਨਸ਼ਿਆਂ ਦਾ ਮੁੱਦਾ ਵਾ, ਤੇ ਜੋ ਬਾਕੀ ਹੋਰ ਜੋ ਪੰਜਾਬ ਦੇ ਹੱਕ ਆ ਜਾਂ ਪਾਣੀ ਦਾ ਵਾ ਜਾਂ ਜੋ ਸਾਡੇ ਵਾਤਾਵਰਣ ਦੇ ਸਾਰੇ ਮੁੱਦੇ ਜਿਹੜੇ, ਜਿਵੇਂ ਕਿ ਭਰਵਾਂ ਹੁੰਗਾਰਾ ਮਿਲਿਆ ਰੈਲੀ ਨੂੰ, ਬਹੁਤ ਵੱਡਾ ਇਕੱਠ ਸੀ, ਜਦ ਕਿ ਰਾਜ ਪੱਧਰੀ ਸਮਾਗਮ ਇੱਕ ਪਾਸੇ ਸੀ, ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਦੀ ਰੈਲੀ ਸੀ, ਕਿਵੇਂ ਦੇਖਦੇ ਹੋ? ਇਹ ਜੀ ਸੰਗਤਾਂ ਦਾ ਪਿਆਰ ਹੀ ਹੈ ਜੀ, ਬਹੁਤ ਉਹਦਾ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ। ਪਹਿਲੀ ਵਾਰ ਮੁਲਾਕਾਤ ਕਦੋਂ ਹੋਈ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਨਾਲ? ਉਹਨਾਂ ਦੇ 14 ਤਰੀਕ ਨੂੰ ਉਹਨਾਂ ਦੇ ਚਾਚਾ ਜੀ ਮਿਲ ਕੇ ਆਏ। ਇਕੱਤਰਤਾ ਬਾਰੇ ਪਤਾ ਸੀਗਾ ਉਹਨਾਂ ਨੂੰ ਪਤਾ ਸੀਗਾ ਜੀ, ਉਹਨਾਂ ਨੂੰ ਇਹਨਾਂ ਉਹਨਾਂ ਕੋਲ ਇਹੋ ਸੁਨੇਹਾ ਦਿੱਤਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਤੁਸੀਂ ਕੋਈ ਅੰਮ੍ਰਿਤ ਸੰਚਾਰ ਦੀ ਲਹਿਰ ਕੋ ਸੰਸਥਾਵਾਂ ਨਾਲ ਮਿਲ ਕੇ ਚਲਾਓ, ਨੌਜਵਾਨਾਂ ਨੂੰ ਬਚਾਉਣ ਵਾਸਤੇ ਕੋਈ ਉਪਰਾਲੇ ਕਰੋ, ਅੱਗੇ ਹੋ ਕੇ ਕੋਈ ਲੜਾਈ ਲੜੀਏ ਆਪਾਂ, ਨੌਜਵਾਨਾਂ ਨੂੰ ਬਚਾਉਣਾ ਸਾਡੀ ਪ੍ਰਮੁੱਖਤਾ ਉਹ ਹੀ ਹੋਣੀ ਹੈ ਕਿ ਉਹ ਸਾਡੀ ਆਉਣ ਵਾਲੀ ਜਨਰੇਸ਼ਨ ਭਵਿੱਖ ਆ ਸਾਡਾ, ਇਸ ਕਰਕੇ ਨੌਜਵਾਨੀ ਨੂੰ ਇੱਦਾਂ ਤਿਲ ਤਿਲ ਮਰਦਿਆਂ ਨਹੀਂ ਵੇਖ ਸਕਦੇ ਅਸੀਂ। ਅਤੇ ਮੇਰਾ ਖਿਆਲ ਹੈ ਕਿ ਸਰਕਾਰਾਂ ਵੀ ਤਾਂ ਹੀ ਨਹੀਂ ਛੱਡ ਰਹੀਆਂ
ਕਿ ਉਹ ਨਸ਼ਿਆਂ ਦੇ ਖਿਲਾਫ ਜੋ ਧੰਦਾ ਕਰ ਰਹੀਆਂ ਵਾ ਅਤੇ ਉਹ ਬੰਦ ਹੋ ਜੂਗਾ। ਇੱਕ ਸਾਡੀ ਨੌਜਵਾਨੀ ਦੀ ਜਿਹੜੀ ਨਸ਼ਲਕੁਸ਼ੀ ਉਹ ਸੋਚੀ ਸਮਝੀ ਸਾਜ ਅਧੀਨ ਕੀਤੀ ਜਾ ਰਹੀ ਆ, ਉਹ ਰੁਕ ਜੂਗੀ। ਇਸ ਕਰਕੇ ਹੁਣ ਤੁਸੀਂ ਭਾਈ ਸਾਹਿਬ ਨੂੰ ਕਦੋਂ ਮਿਲਣ ਜਾਓਗੇ ਦੱਸੋਗੇ ਕਿ ਕਿੰਨਾ ਹੋਇਆ ਸੀਗਾ, ਕਿੰਨੀ ਸੰਗਤਾਂ ਆਈਆਂ? ਹਾਂ, ਅਸੀਂ ਛੇਤੀ ਜਾਵਾਂਗੇ ਉਹ ਹਫ਼ਤੇ 10 ਦਿਨ ਦੇ ਵਿੱਚ, ਅਤੇ ਬਾਕੀ ਉਹ ਫੋਨ 'ਤੇ ਵੀ ਉਹਨਾਂ ਦੀ ਇੱਕ ਹਫ਼ਤੇ 'ਚ ਇੱਕ ਵਾਰੀ ਗੱਲ ਹੋ ਹੀ ਜਾਂਦੀ ਸਾਡੇ ਨਾਲ, ਅਤੇ ਉਹਦੇ ਨਾਲ ਗੱਲ ਕਰਕੇ ਉਹ ਦਿਨ ਦੱਸ ਵੀ ਦੇਵਾਂਗੇ ਜੀ। ਬਹੁਤ ਸੰਗਤਾਂ ਨਾਲ ਨਸ਼ਿਆਂ ਦਾ ਜ਼ਿਕਰ ਹੋਇਆ, ਭਾਈ ਅੰਮ੍ਰਿਤਪਾਲ ਸਿੰਘ ਹੋਣੀ ਸਿੰਘ ਨਸ਼ਾ ਛਡਾ ਕੇ ਅੰਮ੍ਰਿਤ ਸੰਚਾਰ ਕਰਵਾਉਂਦੇ ਸੀਗੇ, ਪਰ ਜੋ ਪਿਛਲੇ ਦਿਨੀ ਕੁਛ ਕਹਿ ਲਈਏ ਕਿ ਹੋਇਆ ਭਾਈ ਹਰਪ੍ਰੀਤ ਸਿੰਘ ਹੋਣਾ ਵੱਲੋਂ ਜੋ ਆਈਸ ਡਗ ਜਿਹੜੀ ਆ ਉਹ ਬਰਾਮਦ ਹੋਈ, ਇਹ ਨਸ਼ਿਆਂ ਦਾ ਜਿਹੜਾ ਮੁੱਦਾ ਫਿਰ ਤੋਂ ਭੱਖ ਜਾਣਾ, ਸੋ ਉਸ ਬਾਰੇ ਕੀ ਕਹਿਣਾ? ਵੀ ਇਹਦੇ 'ਚ ਤੁਸੀਂ ਦੇਖੋ ਨਾ ਕਿ ਉਹ ਐਸ ਡੈਗ ਤੁਹਾਡੇ ਨੌਲੇਜ 'ਚ ਹੈ ਨਾ, ਅਤੇ ਹੁਣ ਉਹਨਾਂ ਦੀ ਜੇ ਐੱਫ ਆਈ ਆਰ 'ਚ ਦੇਖੋ ਤਾਂ ਉਹ 'ਚ ਕੀ ਲਿਖਿਆ ਹੈ। ਅਤੇ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਨਾ, ਮੇਰਾ ਖਿਆਲ ਹੈ ਕਿ ਐਵੇਂ ਇਸ ਮਸਲੇ ਤੋਂ ਧਿਆਨ ਹਟਾਉਣ ਵਾਸਤੇ ਕਿ ਬਦਨਾਮ ਕਰਕੇ ਜਾਂ ਇਹ ਚੀਜ਼ਾਂ ਕਿ ਇਹਦੇ ਖਿਲਾਫ਼ ਕੋਈ ਅਸੀਂ ਲੜਾਈ ਨਾ ਲੜੀਏ, ਉਹ ਚੀਜ਼ਾਂ ਨੂੰ ਰੋਕਣ ਵਾਸਤੇ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ। ਹਾਂਜੀ, ਬੰਦੀ ਸਿੰਘ ਦੀ ਰਿਹਾਈ ਵਾਸਤੇ ਹੀ ਹੋਈ ਹੈ ਜੀ। ਬੰਦੀ ਸਿੰਘ ਜਿਹੜੇ ਕਿ ਇੰਨੇ ਟਾਈਮ ਤੋਂ ਸਾਡੀ ਖਾਤਰ ਹੀ ਉਹ ਗਏ ਆ, ਸਾਡੀ ਕੌਮ ਦੀ ਖਾਤਰ ਹੀ ਗਏ ਆ ਉਹ, ਅਤੇ ਉਹਨਾਂ ਵਾਸਤੇ ਅਸੀਂ ਡਟ ਕੇ ਸਾਰੀਆਂ ਸੰਸਥਾਵਾਂ ਦਾ ਸਹਿਯੋਗ ਲੈ ਕੇ ਕੌਮੀ ਇਨਸਾਫ ਮੋਰਚੇ ਨਾਲ ਵੀ ਮਿਲ ਕੇ ਅਸੀਂ ਕੋਈ ਵੱਡਾ ਕੋਈ ਪ੍ਰੋਗਰਾਮ ਲਿਖੀਏ ਅਤੇ ਜਿਹੜੀ ਉਹਨਾਂ ਨੂੰ ਛਡਾਈਏ। ਇਹ ਹੁਣ ਇਹ ਚੀਜ਼ ਹੈ ਕਿ ਹੁਣ ਅਸੀਂ ਆਪਣੇ ਵੱਲੋਂ ਤੇ ਕੋਰਟ 'ਚ ਵੀ ਲੜਾਈ ਲੜ ਰਹੇ ਹਾਂ, ਅਤੇ ਸਰਕਾਰ ਨੂੰ ਵੀ ਏਡਾ ਵੱਡਾ ਇਕੱਠ ਸਰਕਾਰ ਨੂੰ ਇਹ ਵੀ ਚੇਤਾਵਨੀ ਦੇ ਰਿਹਾ। ਹੁਣ ਸਰਕਾਰ ਦੀ ਮੇਰੇ ਖਿਆਲ ਹੈ ਕਿ ਜਦੋਂ ਇਲੈਕਸ਼ਨ ਜਿੱਤੇ ਸੀ ਉਦੋਂ ਹੀ ਸੋਚਣਾ ਚਾਹੀਦਾ ਸੀ, ਅੱਜ ਤੋਂ ਵੀ ਸਮਝ ਲੈਣ ਕਿ ਲੋਕਾਂ ਦੇ ਮਨ 'ਚ ਇਸ ਚੀਜ਼ ਦਾ ਬੜਾ ਰੋਸ ਆ, ਉਹਨਾਂ ਨੂੰ ਜਲਦੀ ਜਲਦੀ ਰਿਹਾ ਕੀਤਾ ਜਾਵੇ। ਅਸੀਂ ਸਾਰਿਆਂ ਨੂੰ ਓਪਨ ਹੀ ਸੱਦਾ ਦਿੱਤਾ ਸੀ, ਸਪੈਸ਼ਲੀ ਕਿਸੇ ਨੂੰ ਸੱਦਾ ਨਹੀਂ ਦਿੱਤਾ, ਅਤੇ ਕੁਛ ਧਿਰਾਂ ਪਹੁੰਚ ਗਈਆਂ, ਕੁਛ ਹੋ ਸਕਦਾ ਕਿ ਉਹਨਾਂ ਦੇ ਵੱਖਰੇ ਵੱਖਰੇ ਪ੍ਰੋਗਰਾਮ ਸੀ ਤਾਂ ਕਰਕੇ ਵੀ ਨਹੀਂ ਆ ਸਕੇ। ਵਾਹਿਗੁਰੂ ਸਾਹਿਬ। ਸੋ ਬਿਲਕੁਲ, ਭਾਈ ਸਾਹਿਬ ਹੁਣਾਂ ਵੱਲੋਂ ਅੱਜ ਇੱਕ ਵੱਡੀ ਇਕੱਤਰਤਾ ਜਿਹੜੀ ਸੀ ਉਹ ਐਲਾਨੀ ਗਈ ਸੀ, ਜਿਸ ਦੇ ਵਿੱਚ 6 ਮਤੇ ਪਾਸ ਕੀਤੇ ਗਏ ਨੇ। ਉਹ 6 ਮਤਿਆਂ ਦਾ ਜ਼ਿਕਰ ਕਰਾਂ। ਇਹ ਪਹਿਲਾ ਮਤਾ ਬੇਅਦਬੀ ਦਾ ਮਸਲਾ, ਸਭ ਤੋਂ ਵੱਡਾ ਮਸਲਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਅਦਬੀਆਂ ਹੋਈਆਂ, ਬੜਗਾਰੀ ਕਾਂਡ ਹੋਇਆ, ਅਤੇ ਜੋ ਹੁਣ ਤੱਕ ਜਿਹੜਾ ਆ ਨਵੇਂ ਆਏ ਦਿਨ ਬੇਦਬੀ ਦੇ ਕਾਂਡ ਸਾਹਮਣੇ ਆਉਂਦੇ ਰਹਿੰਦੇ ਨੇ, ਹਜੇ ਤੱਕ ਠੱਲ ਨਹੀਂ ਪੈ ਰਹੀ। ਸੋ ਉਹ ਮਤਾ ਪਹਿਲੇ ਨੰਬਰ 'ਤੇ ਰੱਖਿਆ ਗਿਆ। ਦੂਜਾ ਮਤਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਰੱਖਿਆ ਗਿਆ। ਤੀਜਾ ਮਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮਤਾ ਆ SGPC ਦਾ ਉਹ ਰੱਖਿਆ ਗਿਆ। ਨਸ਼ਿਆਂ ਦਾ ਖਾਸ ਮੁੱਦਾ ਪੰਜਾਬ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਤਾਂ ਹੁਣ 6ਵਾਂ ਦਰਿਆ ਨਸ਼ਿਆਂ ਦਾ ਬਣਦਾ ਜਾ ਰਿਹਾ ਹੈਗਾ ਆ। ਉਸ ਤੋਂ ਅੱਗੇ ਜੇਕਰ 5ਵੇਂ ਮਤੇ ਦੀ ਗੱਲ ਕਰੀਏ ਤਾਂ 5ਵਾਂ ਮਤਾ ਕਿਸਾਨਾਂ ਸੰਬੰਧੀ, ਜੋ ਕਿਸਾਨ ਲੜਾਈ ਲੜ ਰਹੇ ਹੈਗੇ ਨੇ ਉਹਨਾਂ ਸੰਬੰਧੀ ਇਹ ਮਤਾ ਕੱਢਿਆ ਗਿਆ। ਉਸ ਤੋਂ ਬਾਅਦ 6ਵਾਂ ਮਤਾ NSA, ਜੋ NSA 1 ਸਾਲ ਵਧਾ ਦਿੱਤੀ ਗਈ ਸੀਗੀ। ਸੋ ਇਹ 6 ਮਤੇ ਅੱਜ ਐਲਾਨ ਕੀਤੇ ਗਏ ਨੇ। ਸੋ ਇਸ ਤੋਂ ਬਾਅਦ ਕਹਿ ਲਈਏ ਕਿ ਹੁਣ ਅਗਲੀ ਰਣਨੀਤੀ ਕੀ ਰਹਿਣ ਵਾਲੀ ਹੈ ਉਹ ਜ਼ਰੂਰ ਪਰਿਵਾਰਕ ਮੀਡੀਆ ਦੇ ਅੱਗੇ ਦੱਸਣਗੇ। ਫਿਲਹਾਲ ਜੇਕਰ ਇਹ 6 ਮਤਿਆਂ ਦੀ ਗੱਲ ਕਰਾਂ ਤਾਂ ਇਹ 6 ਗੰਭੀਰ ਪੰਜਾਬ ਦੇ ਮੁੱਦੇ ਨੇ ਜਿਨ੍ਹਾਂ 'ਤੇ ਅੱਜ ਗੱਲਬਾਤ ਕੀਤੀ ਗਈ ਆ। ਮੈਨੂੰ ਦਿਓ ਇਜਾਜ਼ਤ ਡੇਲੀ ਡੈਸ਼ TV ਦੇ ਲਈ, ਸਿਮਰਦੀਪ ਸਿੰਘ, ਬਾਬਾ ਬਕਾਲਾ।